ਚੰਦਨ ਬਣ ਜਾਂਦੇ, ਉਹ ਵੀ 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 ਚੰਦਨ ਬਣ ਜਾਂਦੇ, ਜਿਹੜੇ ਨਾਲ ਚੰਦਨ ਦੇ ਰਹਿੰਦੇ, 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 ਜਿਹੜੇ ਕੋਲ ਚੰਦਨ ਦੇ ਬਹਿੰਦੇ, ਜਿਹੜੇ ਕੋਲ ਚੰਦਨ ਦੇ ਰਹਿੰਦੇ, ਜਿਹੜੇ ਕੋਲ ਚੰਦਨ ਦੇ ਰਹਿੰਦੇ, ਜਿਹੜੇ ਕੋਲ ਚੰਦਨ ਦੇ ਰਹਿੰਦੇ, ਚੰਦਨ ਬਣ ਜਾਂਦੇ, ਉਹ ਵੀ 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 ਚੰਦਨ ਬਣ ਜਾਂਦੇ। ਗੁਰੂ ਸਾਧ ਸੰਗਤ ਜੀ, ਅੱਜ ਅਸੀਂ ਗੜ੍ਹ ਸ਼ੰਕਰ ਸੰਤ ਬਾਬਾ ਜੀ ਬੋਰੀ ਵਾਲੇ, ਜਿਨ੍ਹਾਂ ਦਾ ਨਾਮ ਮਸ਼ਹੂਰ ਹੈ, ਇਸ ਇਲਾਕੇ ਦੇ ਵਿੱਚ ਬੜੀ ਬਖਸ਼ਿਸ਼ ਹੈ, ਔਰ ਸੰਤ ਬਾਬਾ ਕਿਰਪਾਲ ਦਾਸ ਮਹਾਰਾਜ ਜੀ, ਸੰਤ ਬਾਬਾ ਸੁਖ ਹਾਂਜੀ ਸੰਤੋਖ ਦਾਸ ਜੀ ਮਹਾਰਾਜ ਅਤੇ ਮਨਦੀਪ ਜੀ ਮਹਾਰਾਜ, ਉਹਨਾਂ ਦੇ ਨਾਲ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ, ਔਰ ਬੜੀ ਖੁਸ਼ੀ ਹੋਈ। ਅਸੀਂ ਤਪਸਥਾਨ ਵੀ ਬਾਬਾ ਜੀ ਦੇ ਉੱਥੇ ਵੀ ਦਰਸ਼ਨ ਕਰਕੇ ਆਏ ਹਾਂ, ਤੋ ਬਾਬਾ ਜੀ ਨੇ ਕਿਰਪਾ ਕਰਕੇ ਸਾਨੂੰ ਆਪਣੇ ਕੋਲ ਬੁਲਾਇਆ। ਬਾਬਾ ਜੀ ਇਸ ਸਥਾਨ 'ਤੇ ਆਏ ਹੋਏ ਸੀ, ਤੋ ਬੜੀ ਕਿਰਪਾ ਕੀਤੀ, ਮਹਾਰਾਜ ਦੇ ਦਰਸ਼ਨ ਹੋਏ ਆ। ਜਿਨ੍ਹਾਂ ਦਾ ਜੀਵਨ ਜੋ ਹੈ, ਮਹਾਰਾਜ ਦੀ ਫਰੀਦ ਜੀ ਮਹਾਰਾਜ ਨੇ ਬੜਾ ਵਿਸਥਾਰ ਦੇ ਨਾਲ ਦੱਸਿਆ, ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਵਿਸਥਾਰ ਨਾਲ ਦੱਸਿਆ ਕਿ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੋ ਇਹਨਾਂ 'ਤੇ ਮਾਲਕ ਦੀ ਕਿਰਪਾ, ਇਸ ਇਲਾਕੇ 'ਤੇ ਮਾਲਕ ਦੀ ਕਿਰਪਾ, ਜਿੱਥੇ ਸੰਤ ਮਹਾਂਪੁਰਸ਼ ਬਿਰਾਜਮਾਨ ਹੁੰਦੇ ਆ ਉੱਥੇ ਮਾਲਕ ਦੀ ਬਖਸ਼ਿਸ਼ ਹੁੰਦੀ ਆ। ਅਤੇ ਅੱਜ ਅਸੀਂ ਪਹੁੰਚੇ ਹਾਂ ਸਕੂਲ, ਮਹਾਰਾਜ ਜਿੱਥੇ ਆਸ਼ਰਮ ਡੇਰਾ ਚਲਾ ਰਹੇ ਆ, ਸਾਰਾ ਦੇਖ ਰਹੇ, ਸੰਗਤਾਂ ਦਰਸ਼ਨ ਕਰਨ ਆਉਂਦੀਆਂ ਉੱਥੇ। ਮਹਾਰਾਜ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਂਵਾਕਾਂ ਅਨੁਸਾਰ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵਨ ਦਰਸੇ, ਤੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਤੋ ਮਹਾਰਾਜ ਜੀ ਸਕੂਲ ਚਲਾ ਰਹੇ ਆ। ਤੋ ਵਿਸਥਾਰ ਦੇ ਨਾਲ ਸਾਡੇ ਪ੍ਰਿੰਸੀਪਲ ਸਾਹਿਬ ਦੀਦੀ ਬਖਸ਼ਿਸ਼ ਕੌਰ ਜੀ, ਉਹ ਸਾਨੂੰ
ਵਿਸਥਾਰ ਦੇ ਨਾਲ ਦੱਸਣਗੇ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਮਹਾਰਾਜ ਦੇ ਪ੍ਰਤੀ ਵੀ, ਔਰ ਇਸ ਬਾਰੇ ਜਿਸਤੇ ਅਸੀਂ ਅਸਥਾਨ ਦੇ ਦਰਸ਼ਨ ਕਰ ਰਹੇ ਉਹਦੇ ਪ੍ਰਤੀ ਆਪ ਜੀ ਨੂੰ ਜਾਗਰੂਕ ਕਰਾਉਣਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਸ ਅਸਥਾਨ 'ਤੇ ਅਸੀਂ ਅੱਜ ਖੜ੍ਹੇ ਹਾਂ, ਇਹ ਮਹਾਰਾਜ ਬੋਰੀ ਜੀ ਵਾਲਿਆਂ ਦਾ ਹੈ ਅਸਥਾਨ। ਇੱਥੇ ਆਪਣਾ ਸਕੂਲ ਚਲਾ ਰਹੇ ਨੇ MK ਮਾਊਂਟ ਐਵਰੈਸਟ ਹਾਈ ਸਕੂਲ, ਜਿਹੜਾ 1995-96 ਦੇ ਫਸਟ ਸੈਸ਼ਨ ਤੋਂ ਸ਼ੁਰੂ ਹੋਇਆ। ਅਤੇ ਇਹਨਾਂ ਦਾ ਅਸਥਾਨ ਕੁਨੈਲ ਵਿਖੇ ਵੀ ਹੈ, ਜਿੱਥੇ ਇਹਨਾਂ ਦਾ ਤਪ ਅਸਥਾਨ ਹੈ। ਉੱਥੇ ਚਾਰ ਤਪੱਸਿਆ ਇਕੱਠੀਆਂ ਕਰ ਰਹੇ ਨੇ, ਜਿਵੇਂ ਕਿ ਮੌਨ ਰੱਖਿਆ ਹੋਇਆ, ਫਲਾਹਾਰੀ ਨੇ, ਟਾਟੰਬਰੀ ਨੇ, ਜਿਵੇਂ ਕਿ ਬੋਰੀ ਵਾਲੇ ਵਸਤਰ ਪਾਉਂਦੇ ਨੇ, ਇਸੇ ਕਰਕੇ ਇਹਨਾਂ ਨੂੰ ਬੋਰੀ ਵਾਲੇ ਮਹਾਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਇਹ ਖੜੇਸਰੀ ਨੇ, ਇਹਨਾਂ ਨੇ ਆਪਣਾ ਤਪ 1971 ਤੋਂ ਸ਼ੁਰੂ ਕੀਤਾ ਸੀ, ਜਿਹੜਾ ਕਿ ਹੁਣ ਤੱਕ ਇਸੇ ਤਰ੍ਹਾਂ ਚੱਲ ਰਿਹਾ ਹੈ। ਹੁਣ ਇਹ ਪਤਾ ਨਹੀਂ ਕਦੋਂ ਤੱਕ ਇਹਨਾਂ ਦਾ ਇਸੇ ਤਰ੍ਹਾਂ ਚੱਲੇਗਾ, ਜਿਹੜਾ ਕਿ ਲਗਭਗ 51ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰ ਗਿਆ। ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸ਼੍ਰੀ ਗੁਰਦਾਸ ਮਹਾਰਾਜ ਕੀ ਜੈ। ਅੱਜ ਬਹੁਤ ਅਸੀਂ ਵਡਭਾਗੇ ਹਾਂ, ਕਿਸਮਤ ਵਾਲੇ ਹਾਂ, ਜੋ ਮਹਾਂਪੁਰਸ਼ਾਂ ਦੇ ਨਾਲ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ, ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਤ ਸੋਸਾਇਟੀ ਰਜਿਸਟਰਡ ਪੰਜਾਬ ਦੇ ਆਸ਼ੀਰਵਾਦ ਦੇ ਨਾਲ, ਸੰਤ ਬਾਬਾ ਕਿਰਪਾਲ ਦਾਸ ਜੀ ਮਹਾਰਾਜ, ਸੰਤ ਸੰਤੋਖ ਦਾਸ ਜੀ ਮਹਾਰਾਜ, ਸੰਤ ਬਾਬਾ ਮਨਜੀਤ ਦਾਸ ਜੀ ਮਹਾਰਾਜ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ। MKM ਮਾਊਂਟ ਐਵਰੈਸਟ ਹਾਈ ਸਕੂਲ ਦੇ ਵਿੱਚ ਪਹੁੰਚੇ ਹਾਂ, ਗੜਸ਼ੰਕਰ, ਜਿੱਥੇ ਅਸੀਂ ਬਹੁਤ ਹੀ ਸੁਣਿਆ ਸੀ ਔਰ ਕੰਨਾਂ ਨਾਲ ਸੁਣਦੇ ਸੀ। ਅੱਜ ਅਸੀਂ ਅੱਖੀ ਦਰਸ਼ਨ ਕੀਤੇ ਹਨ ਬਾਬਾ ਜੀ, ਜਿਨ੍ਹਾਂ ਨੂੰ ਅਸੀਂ ਬਾਬਾ ਜੀ ਦਾ ਨਾਂ ਬੋਰੀ ਵਾਲੇ ਬਾਬਾ ਜੀ ਕਰਕੇ ਬਹੁਤ ਹੀ ਮਸ਼ਹੂਰ ਹੈ ਇਲਾਕੇ ਦੇ ਵਿੱਚ। ਤੋ ਮੇਰੇ ਵੱਡੇ ਵੀਰ ਲੈਂਬਰ ਸਾਹਿਬ, ਲੈਂਬਰ ਭਾਅ ਜੀ ਹਮੇਸ਼ਾ ਹੀ ਕਿਹਾ ਕਰਦੇ ਸਨ ਕਿ ਤੁਹਾਨੂੰ ਦਰਸ਼ਨ ਕਰਾਉਣੇ ਭੈਣ ਜੀ, ਉਹਨਾਂ ਕੋਲ ਲੈ ਕੇ ਜਾਣਾ, ਪਰ ਅੱਜ ਬਾਬਾ ਜੀ ਨੇ ਕਿਰਪਾ ਕਰਤੀ, ਅਸੀਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਆਸ਼ੀਰਵਾਦ ਲੈਣ ਪਹੁੰਚੇ ਹਾਂ। ਉੱਥੇ ਹੀ ਇਸ ਸਕੂਲ ਦੇ ਪ੍ਰਿੰਸੀਪਲ ਭੈਣ ਬਖਸ਼ੀਸ਼ ਕੌਰ ਜੀ, ਜਿਨ੍ਹਾਂ ਨਾਲ ਟੈਲੀਫੋਨ 'ਤੇ ਮੁਲਾਕਾਤ ਹੁੰਦੀ ਸੀ, ਲੇਕਿਨ ਅੱਜ ਅਸੀਂ ਰੂਬਰੂ ਹੋਏ ਹਾਂ, ਫਿਜ਼ੀਕਲੀ ਮਿਲੇ ਹਾਂ। ਤੋ ਬਹੁਤ ਹੀ ਖੁਸ਼ੀ ਹੋਈ ਹੈ, ਬਹੁਤ ਖੁਸ਼ੀ ਹੋਈ ਹੈ ਕਿ ਮਹਾਰਾਜ ਜਿੱਥੇ ਸਮਾਜ ਨੂੰ ਇੱਕ ਬਹੁਤ ਵੱਡੀ ਸੇਧ ਦੇ ਰਹੇ ਹਨ, ਕਿਉਂਕਿ ਇਹਨਾਂ ਦਾ ਮੈਂ ਉੱਥੇ ਆਸ਼ਰਮ 'ਤੇ ਪੜ੍ਹਿਆ ਸੀ, ਵਿਸ਼ਵ ਸ਼ਾਂਤੀ ਵਾਸਤੇ ਇਹਨਾਂ ਨੇ ਜੋ ਇਹ ਤਪੱਸਿਆ ਸ਼ੁਰੂ ਕੀਤੀ ਹੋਈ ਹੈ, ਤੋ ਬਹੁਤ ਵੱਡੀ ਗੱਲ ਹੈ। ਉੱਥੇ ਹੀ ਸਮਾਜ ਨੂੰ ਬਹੁਤ ਵੱਡਾ ਦਾਨ ਦੇ ਰਹੇ ਹਨ, ਵਿੱਦਿਆ ਦਾ ਦਾਨ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਜੋ ਦੁਨੀਆ ਨੂੰ ਇੱਕ ਤੀਸਰਾ ਨੇਤਰ ਦਿੰਦੀ ਹੈ, ਤੋ ਵਿੱਦਿਆ ਦਾ ਬਹੁਤ ਵੱਡਾ ਕੁੰਭ ਲਾਇਆ ਹੋਇਆ, ਜਿਨ੍ਹਾਂ ਦੇ ਪ੍ਰਿੰਸੀਪਲ ਮੈਂ ਭੈਣ ਬਖਸ਼ੀਸ਼ ਕੌਰ ਹਨ। ਤੋ ਅਸੀਂ ਇੱਥੇ ਪਹੁੰਚ ਕੇ ਬਹੁਤ ਹੀ ਰੂਹ ਖੁਸ਼ ਹੋਈ ਹੈ ਔਰ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲੈਣਾ ਹੈ। ਮਹਾਰਾਜ ਜੀ ਆਪਣਾ ਆਸ਼ੀਰਵਾਦ ਸਾਡੇ 'ਤੇ ਵੀ ਇਸ ਤਰ੍ਹਾਂ ਬਣਾਈ ਰੱਖਣ, ਕਿਉਂਕਿ ਮਹਾਰਾਜ ਸੰਤ ਨਿਰਮਲ ਦਾਸ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਸਾਧੂ ਗੁਰਦਾਸ ਸਾਧੂ ਸੰਪਤ ਸੋਸਾਇਟੀ ਵੱਲੋਂ ਬਹੁਤ ਵੱਡਾ ਸ਼੍ਰੀ ਗੁਰਦਾਸ ਪਬਲਿਕ ਸਕੂਲ ਚੂੜਵਾਲੀ ਵਿਖੇ CBSE ਅਫੀਲੀਏਟਡ ਇਹਨਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਹੈ। ਤੋ ਉੱਥੇ ਵੀ 700 ਦੇ ਕਰੀਬ ਬੱਚਾ ਹੈ। ਤੋ ਅਸੀਂ ਬਾਬਾ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਮਹਾਰਾਜ ਭੈਣਾਂ ਨੂੰ ਨਾਲ ਲੈ ਕੇ ਉਸ ਧਰਤੀ ਨੂੰ ਜੋ 7 ਏਕੜ ਦੇ ਸਕੂਲ ਚੱਲ ਰਿਹਾ ਉਹਨੂੰ ਵੀ ਪਵਿੱਤਰ ਕਰ ਦਿਓ, ਉੱਥੇ ਆਪਣੇ ਚਰਨ ਪਾਓ, ਵੀ ਭੈਣਾਂ ਵੀ ਆ ਕੇ ਸਾਨੂੰ ਕੋਈ ਨਾ ਕੋਈ ਸੁਝਾਓ ਦੇਣਗੇ, ਕਿਉਂਕਿ ਇਹ ਬਹੁਤ ਵੱਡੇ ਵਿਦਵਾਨ ਹਨ ਕਿ ਐਡੇ ਵੱਡੇ ਬੱਚਿਆਂ ਨੂੰ ਸੰਭਾਲਣਾ, ਸਕੂਲ ਚਲਾਉਣਾ ਕੋਈ ਛੋਟੀ ਗੱਲ ਨਹੀਂ ਹੈ। ਤੋ ਇਹਨਾਂ ਨੇ ਬੜੀਆਂ ਡਿਗਰੀਆਂ ਪ੍ਰਾਪਤ ਕੀਤੀਆਂ, ਸਾਨੂੰ ਵੀ ਕੋਈ ਸੇਧ ਦੇਣ, ਅਸੀਂ ਵੀ ਉੱਥੇ ਬਹੁਤ ਵਧੀਆ ਕੁਛ ਹੋਰ ਅੱਛਾ ਕੰਮ ਕਰ ਸਕੀਏ। ਤੋ ਇਹਨਾਂ ਸ਼ਬਦਾਂ ਦੇ ਨਾਲ ਜੋ ਉੱਥੇ ਦੇ ਸੰਚਾਲਕ ਹਨ, ਜਿੰਨੇ ਵੀ ਇਹਨਾਂ ਨਾਲ ਜੁੜੇ ਹੋਏ ਹਨ, ਸੰਗਤ ਜੁੜੀ ਹੋਈ ਹੈ, ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਦੁਬਾਰਾ ਮਹਾਂਪੁਰਸ਼ਾਂ ਦੇ ਚਰਨਾਂ 'ਚ ਕੋਟਨ ਕੋਟਨ ਵੰਦਨਾ ਪ੍ਰਣਾਮ। ਭੈਣਾਂ ਨੂੰ ਜੈ ਗੁਰਦੇਵ, ਆਪਣਾ ਆਸ਼ੀਰਵਾਦ ਬਖਸ਼ਿਸ਼ ਕਰਨ। ਤੋ ਬਾਬਾ ਜੀ ਨੇ ਹੁਕਮ ਕੀਤਾ ਹੈ ਕਿ ਅਸੀਂ ਇੱਕ ਜੋ ਰਾਗੀ ਜਥਾ ਨਾਲ ਬਹੁਤ ਹੀ ਪਿਆਰਾ ਬਾਬਾ ਜੀ ਦੇ ਬਚੜੇ ਹਨ ਕਿ ਇੱਕ ਅਸੀਂ ਸ਼ਬਦ ਦੀ ਹਾਜ਼ਰੀ ਭਰਨੀ ਹੈ। ਤੋ ਮਹਾਰਾਜ ਜੀ ਦਿਓ ਆਸ਼ੀਰਵਾਦ, ਦਿਓ ਅਸੀਸਾਂ ਤਾਂ ਜੋ ਆਪਣਾ ਜੀਵਨ ਸਫਲਾ ਕਰ ਸਕਣ। ਥੈਂਕ ਯੂ।
ਛੱਡ ਕੇ ਸੰਘਾਸਨ ਬਾਲ ਸੁਧਾ
ਪਸਾਰੇ ਕੁਲੀ ਦੇ ਵਿੱਚ
ਤੋ ਸੁਧਾਮਾ ਯੂੰ ਬੋਲੇ, ਮੈਂ ਤੋ ਕ੍ਰਿਸ਼ਨ ਕੋ ਮਿਲਨੇ ਆਇਆ ਹੂੰ, ਸਿੰਘਾਸਨ ਛੱਡ ਕੇ ਆ ਗਏ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ
ਕਥਾ ਸੁਣਾਏ। ਜਦੋਂ ਬਚਪਨ ਦੇ ਵਿੱਚ ਆਪਾਂ ਧਰਮਸ਼ਾਲਾ ਵਿੱਚ ਮਹਾਰਾਜ ਦੇ ਨਾਲ ਉੱਥੇ ਪੜ੍ਹਦੇ ਸੀ ਤਾਂ ਆਪਾਂ ਨੂੰ ਗੁਰੂ ਦੇਵ ਜੀ ਨੇ ਬਾਲਣ ਲੈਣ ਭੇਜਿਆ, ਤਾਂ ਫਿਰ ਕੀ ਹੋਇਆ? ਉੱਚੇ ਕੁਸ਼ੀਲ ਪਿਆਰ ਕਰੀ ਕਰੇ ਆਗੇ ਪਹੁੰਚਾਏ।
ਤੇਰੇ ਨਾਵੇ ਗੁਰਬਾਨ